10 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਟ੍ਰੇਨ ਦੇ ਚੱਕਾ ਜਾਮ ਕਰਨ ਦੇ ਲਈ ਹਰ ਉਹ ਵਿਅਕਤੀ ਮੈਦਾਨ 'ਚ ਆਵੇ ਜਿਹੜਾ MSP ਚਾਹੁੰਦਾ ਹੈ, ਜਿਹੜਾ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਚਾਹੁੰਦਾ ਹੈ, ਜਿਹੜਾ ਕਿਸਾਨ ਦੀ ਕਰਜ਼ ਮੁਕਤੀ ਚਾਹੁੰਦਾ ਹੈ, ਜਿਹੜਾ WTO 'ਚ ਐਗਰੀਕਲਚਰ ਸੈਕਟਰ ਨੂੰ ਪਾਰ ਕਰਦਾ। ਯਾਰ ਮੈਂ ਉਹਨੂੰ ਇਹ ਪੁੱਛਣਾ ਚਾਹੁੰਦਾ ਹਾਂ, ਜੇ 23 ਫਸਲਾਂ ਦੇ ਉੱਤੇ ਇਹਨਾਂ ਨੇ MSP ਦੀ ਅਨਾਊਂਸਮੈਂਟ ਕੀਤੀ ਆ, ਉਹ ਕਾਹਦੇ ਵਾਸਤੇ ਕਰਦੇ ਨੇ ਜੋ ਫਸਲਾਂ ਹੈ ਹੀ ਨਹੀਂ ਤਾਂ? ਜੋ ਫਸਲਾਂ ਹੈ ਹੀ ਨਹੀਂ, ਇਹਦਾ ਮਤਲਬ ਲੋਕਾਂ ਦਾ ਧੋਖਾ ਹੈ। ਸਵਾਲ ਇਹ ਹੈ ਕਿ ਜੇਕਰ ਜਾਖੜ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਪੰਜਾਬ ਦਾ ਲੀਡਰ ਹੈ, ਹੁਣ ਉੱਥੇ ਜਾ ਕੇ ਭਾਜਪਾ ਵਾਲੀ ਖੱਲ ਨਾ ਪਾ ਕੇ ਬੈਠੇ, ਉਹ ਪੰਜਾਬ ਵਾਲਾ ਬਣ ਕੇ ਰਹੇ, ਉੱਥੋਂ ਦਾ ਫਰਜ਼ ਬਣਦਾ ਜਿੱਦਾਂ ਦਾ ਇੱਥੇ ਗੋਲਾਬਾਰੀ ਹੋ ਰਹੀ ਸੀ। ਅਗਰ ਪੰਜਾਬੀ ਹੁੰਦਾ ਤਾਂ ਕਹਿੰਦਾ ਵੀ ਮੇਰਾ ਅਸਤੀਫਾ। ਦੇਖੋ ਪਹਿਲਾ ਐਲਾਨ ਜਿਹੜਾ ਅਸੀਂ ਕੀਤਾ ਨਾ ਜੀ ਕਿ ਬਾਹਰਲੀਆਂ ਸਟੇਟਾਂ ਆਉਣ, ਹੁਣ ਉਹ ਇਸ ਲਈ ਹੈ ਕਿ ਸਰਕਾਰ ਰੋਜ਼ ਸਾਨੂੰ ਇਹ ਕਹਿੰਦੀ ਹੈ, ਤੁਸੀਂ ਵੀ ਸੁਣਦੇ ਹੋ ਚੈਨਲਾਂ 'ਤੇ ਬਹੁਤ ਰੌਲਾ ਪਾਉਂਦੇ ਆ ਵੀ ਟਰੈਕਟਰ ਟਰਾਲੀਆਂ ਨਾ ਲੈ ਕੇ ਆਉਣ, ਪੈਦਲ ਆ ਜਾਣ। ਅਸੀਂ ਦੇਖਦੇ ਹਾਂ 6 ਤਰੀਕ ਨੂੰ ਕਿੰਨੇ ਕੁ ਲੋਕਾਂ ਨੂੰ, ਪੈਦਲ ਲੋਕਾਂ ਨੂੰ ਸਰਕਾਰ ਦਿੱਲੀ 'ਚ ਆਉਣ ਦਿੰਦੀ ਹੈ। ਅਗਲੀ ਜਿਹੜਾ ਸਾਡਾ ਐਲਾਨ ਹੈ ਉਹ ਇਹ ਹੈ ਕਿ ਅੱਜ ਸ਼ੁਭ ਕਰਨ ਦੀ ਸ਼ਹਾਦਤ ਦੇ ਉੱਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨਾ ਹੀ ਪੂਰੀ ਸੰਗਤ ਵੱਲੋਂ ਆਹਵਾਨ ਕੀਤਾ ਗਿਆ, ਹੋਕਾ ਦਿੱਤਾ ਗਿਆ ਪੂਰੇ ਦੇਸ਼ ਦੀ ਕਿਸਾਨੀ ਨੂੰ। ਜਿਹੜੀ ਕਿਸਾਨੀ ਜਦੋਂ ਅਸੀਂ ਅੰਦੋਲਨ ਸਸਪੈਂਡ ਕਰਕੇ ਆਏ ਹਾਂ, ਜਿਹੜੀ ਲੀਡਰਸ਼ਿਪ ਉੱਥੇ ਸਾਨੂੰ ਸਾਡਾ ਅਦਰ ਸਟੇਟਾਂ ਵਾਲੇ ਵੀਰ ਮਯੂਸ ਸੀਗੇ ਕਿ ਜੀ ਦੇਖੋ MSP ਕਾ ਤੋਂ ਕੁਛ ਨਹੀਂ ਹੋਆ, ਹਮਾਰੀ ਡਿਮਾਂਡ ਤੋਂ ਰਹਿ ਗਈ, ਉਹਨਾਂ ਨੂੰ ਸਾਡੀ ਅਪੀਲ ਹੈ ਕਿ ਵੀ ਸੱਜਣੋ ਅਸੀਂ ਮੁੜ ਦੁਬਾਰਾ ਅੰਦੋਲਨ ਖੜ੍ਹਾ ਵੀ ਹੋ ਗਿਆ ਔਰ ਇਸ ਅੰਦੋਲਨ ਨੇ ਸਰਕਾਰ ਨੂੰ ਫਿਕਰ ਵੀ ਪਾਇਆ, ਕਿਉਂਕਿ ਉਸ ਵੇਲੇ ਸਰਕਾਰ WTO ਦੇ ਮਾਮਲੇ 'ਤੇ ਗੱਲ ਕੋਈ ਮੂੰਹ ਕੱਢਣ ਨੂੰ ਤਿਆਰ ਨਹੀਂ ਸੀ। ਇੱਥੇ ਅਸੀਂ ਸਰਕਾਰ ਨੂੰ ਅਸੀਂ WTO ਦੀ ਮੀਟਿੰਗ 'ਚ ਲੈ ਗਏ ਹਾਂ ਘੇਰ ਕੇ, ਇਹ ਕਹਿਣ ਲਈ ਮਜਬੂਰ ਕਰ ਲਿਆ ਕਿ ਪੀਸ ਕਲੋਜ਼ ਨੂੰ ਰੈਗੂਲਰ ਕਰੋ, ਇਹ ਕਹਿਣ ਲਈ ਮਜਬੂਰ ਕਰ ਲਿਆ ਕਿ ਜਿਹੜੀ 10% ਦੀ ਤੁਸੀਂ ਸ਼ਰਤ ਲਾਉਣੀ ਹੈ ਇਹ ਵਾਪਸ ਲਓ, ਇਹ ਕਹਿਣ ਲਈ ਮਜਬੂਰ ਕਰ ਲਿਆ ਕਿ ਬਾਹਰ ਤੋਂ ਆਉਣ ਵਾਲੇ ਐਗਰੀਕਲਚਰ ਪ੍ਰੋਡਕਟਾਂ 'ਤੇ ਅਸੀਂ ਆਪਦੀ ਮਰਜ਼ੀ ਮੁਤਾਬਕ ਇੰਪੋਰਟ ਡਿਊਟੀ ਲਾ ਸਕੀਏ। ਇਹ ਬਹੁਤ ਕੁਛ ਕਰ ਲਿਆ ਆਪਾਂ, ਸਰਕਾਰ ਝੁਕੀ ਹੈ। ਅਗਲੀ ਗੱਲ ਹੈ ਕਿ ਆਪਾਂ ਹਰਿਆਣੇ ਦੇ ਕਿਸਾਨਾਂ ਨੂੰ ਰਾਹਤ ਦਵਾ ਗਏ ਹਾਂ ਕਿ ਭਾਈ ਇਹਨਾਂ ਦਾ ਕਰਜ਼ਾ ਮਾਫ਼ ਕਰਨ ਬਾਰੇ, ਇਹਨਾਂ ਦਾ ਵਿਆਜ ਛੱਡਣ ਬਾਰੇ ਸਰਕਾਰ ਨੇ ਅਨਾਊਂਸਮੈਂਟ ਕਰਤਾ। ਅਦਰ ਸਟੇਟਾਂ ਨੂੰ ਸਰਕਾਰ ਇਹ ਕਹੇਗੀ ਕਿ ਅਸੀਂ ਗੰਨੇ ਦਾ ਰੇਟ 25 ਰੁਪਈਏ ਵਧਾਉਣੇ ਆ, ਇਹ ਕਦੇ ਨਹੀਂ ਹੋਇਆ। ਸੋ ਇਹ ਅੰਦੋਲਨ ਦਾ ਦਬਾਅ ਹੈ, ਅੰਦੋਲਨ ਦਾ ਪ੍ਰੈਸ਼ਰ ਹੈ। ਅਸੀਂ ਸਾਰੀਆਂ ਸਟੇਟਾਂ ਨੂੰ ਇਹ ਕਹਿੰਦੇ ਹਾਂ ਕਿ ਭਾਈ ਤੁਹਾਡਾ ਉਲਾਂਭਾ ਅਸੀਂ ਲਾਤਾ ਦੁਬਾਰਾ, ਸਾਡੇ 6 ਨੌਜਵਾਨ 6 ਆਗੂ ਸ਼ਹੀਦ ਹੋ ਗਏ ਨੇ, ਆਓ ਹੁਣ ਤੁਹਾਨੂੰ ਦਿੱਤੀ ਹੈ ਅਸੀਂ ਕਿ 10 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਟ੍ਰੇਨ ਦੇ ਚੱਕਾ ਜਾਮ ਕਰਨ ਦੇ ਲਈ ਹਰ ਉਹ ਵਿਅਕਤੀ ਮੈਦਾਨ 'ਚ ਆਵੇ ਜਿਹੜਾ MSP ਚਾਹੁੰਦਾ ਹੈ, ਜਿਹੜਾ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਚਾਹੁੰਦਾ ਹੈ, ਜਿਹੜਾ ਕਿਸਾਨ ਦੀ ਕਰਜ਼ ਮੁਕਤੀ ਚਾਹੁੰਦਾ ਹੈ, ਜਿਹੜਾ WTO 'ਚੋਂ ਐਗਰੀਕਲਚਰ ਸੈਕਟਰ ਨੂੰ ਬਾਹਰ ਕੱਢਣਾ। ਡੱਲੇਵਾਲ ਸਾਹਿਬ, ਜਾਖੜ ਸਾਹਿਬ ਦਾ ਹੁਣੇ ਬਿਆਨ ਆਇਆ, ਉਹ ਕਹਿੰਦੇ ਸਾਨੂੰ ਦੱਸੋ ਕਿਹੜੀ ਚੀਜ਼ 'ਤੇ MSP ਚਾਹੀਦੀ ਹੈ, ਕਹਿੰਦੇ ਜਿਹੜੀ ਫਸਲ ਬੀਜੀ ਹੀ ਨਹੀਂ ਜਾ ਸਕਦੀ ਜਾਂ ਫਿਰ ਬੀਜਣੀ ਨਹੀਂ ਉਹ 'ਤੇ MSP ਕੀ ਕਰਨੀ ਹੈ? ਯਾਰ ਮੈਂ ਉਹਨੂੰ ਇਹ ਪੁੱਛਣਾ ਚਾਹੁੰਦਾ ਹਾਂ, ਜੇ 23 ਫਸਲਾਂ ਦੇ ਉੱਤੇ ਇਹਨਾਂ ਨੇ MSP ਦੀ ਅਨਾਊਂਸਮੈਂਟ ਕੀਤੀ ਆ, ਉਹ ਕਾਹਦੇ ਵਾਸਤੇ ਕਰਦੇ ਨੇ ਜੋ ਫਸਲਾਂ ਹੈ ਹੀ ਨਹੀਂ ਤਾਂ? ਜੋ ਫਸਲਾਂ ਹੈ ਹੀ ਨਹੀਂ, ਇਹਦਾ ਮਤਲਬ ਲੋਕਾਂ ਦਾ ਧੋਖਾ ਹੈ? ਫਸਲਾਂ ਹੈਗੀਆਂ ਨੇ। ਸਵਾਲ ਇਹ ਹੈ ਕਿ ਜੇਕਰ ਜਾਖੜ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਪੰਜਾਬ ਦਾ ਲੀਡਰ ਹੈ, ਹੁਣ ਉੱਥੇ ਜਾ ਕੇ ਭਾਜਪਾ ਵਾਲੀ ਖੱਲ ਨਾ ਪਾ ਕੇ ਬੈਠੇ, ਉਹ ਪੰਜਾਬ ਵਾਲਾ ਬਣ ਕੇ ਰਹੇ, ਉੱਥੋਂ ਦਾ ਫਰਜ਼ ਬਣਦਾ ਜਿੱਦਾਂ ਦਾ ਇੱਥੇ ਗੋਲਾਬਾਰੀ ਹੋ ਰਹੀ ਸੀ। ਅਗਰ ਪੰਜਾਬੀ ਹੁੰਦਾ ਇਹ ਕਹਿੰਦਾ ਵੀ ਮੇਰਾ ਅਸਤੀਫਾ BJP, ਮੈਂ ਪ੍ਰਧਾਨਗੀ ਛੱਡੀ, ਔਰ ਸਗੋਂ BJP ਨੂੰ ਪ੍ਰੋਟੈਕਸ਼ਨ ਦੇਣ ਲੱਗ ਪੈਣਾ, ਉਹਨੂੰ ਪ੍ਰੋਟੈਕਟ ਕਰਨ ਲੱਗ ਪੈਣਾ, ਇਹ ਮੈਨੂੰ ਲੱਗਦਾ ਇਨ ਲੀਡਰਾਂ ਵਾਸਤੇ। ਉਹਨਾਂ ਨੇ ਉਲਟਾ ਕਿਸਾਨ ਆਗੂਆਂ ਤੇ ਤੰਜ ਕਸਿਆ, ਕਹਿੰਦੇ ਵੀ ਹੁਣ ਯਕੀਨੀ ਬਣਾਓ ਕਿ ਨੌਜਵਾਨਾਂ ਨੂੰ ਕੋਈ ਖਤਰਾ ਨਾ ਹੋਵੇ, ਬਰੂਦ ਦੀ ਤਰ੍ਹਾਂ ਵਰਤ ਰਹੇ ਨੇ ਕਿਸਾਨ ਆਗੂ ਨੌਜਵਾਨ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਵੀ ਤੇਰੀ BJP ਕੀ ਕਰ ਰਹੀ ਹੈ? ਕਦੇ ਅੱਜ ਤੱਕ ਕਿਸੇ ਸਰਕਾਰ ਨੇ ਕਿਸਾਨਾਂ ਦੇ ਉੱਤੇ ਮੋਟਾਰ ਵਰਗੇ ਹਮਲੇ ਨਹੀਂ ਕੀਤੇ, ਸਿੱਧੀ ਗੋਲੀ ਨਹੀਂ ਚਲਾਈ, ਇਹ ਤੇਰੀ BJP ਕਰ ਰਹੀ ਹੈ, ਤੂੰ ਆਪਦੀ BJP ਬਾਰੇ ਸੋਚ। ਧੰਨਵਾਦ। ਤੁਸੀਂ ਬੈਠੇ ਹੋ ਬਾਰਡਰਾਂ 'ਤੇ, ਉੱਧਰ ਲਖੀਮਪੁਰ ਦੇ ਵਿੱਚ BJP ਉਹਨਾਂ ਨੂੰ ਟਿਕਟਾਂ ਦੇ ਰਹੀ ਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਉਸ ਟਾਈਮ ਦੇ ਉੱਤੇ ਸ਼ਹੀਦ ਕੀਤੇ ਕਿਸਾਨ?
नहीं मैं कहूंगा कि बीजेपी उन्होंने तो देगी, उन्होंने तो उस बंदे तो इन्होंने हजे तक बर्खास्त नहीं किया। देखा होगा ना वो की सी जिहड़ा फैडरेशन का प्रधान सीगा पहलवाना जी का, हाँ उस बंदे ओदे खिलाफ कार्रवाई करन तो सरकार कि भजी। हालांकि पुलिस ने कहता भी यह बंदा गिल्टी है, पुलिस रिपोर्ट दे रही है भी बंदा गलत है, इन्हें हरकत कीतियां ने, वह बंदियां नूं सरकार ये प्रोटेक्ट करती है। तो जेकर फिर ये मगरले पासे तुसीं हरियाणे के मुख्यमंत्री का अपने वो दिल्ली वाले अंदोलन के दौरान आया एक बयान इन्हां दे करैक्टर बारे, इन्हां दे विचार बारे, इन्हां दी सोच बारे क्लीयर करता है। उन्हें कहा सी कि लठ मारो, सिर पाड़ो, अगर तुहाडे खिलाफ मुकदमा हो जाएगा, तुसीं जेल चले जाओगे तो कुछ नहीं हुंदा, लीडर बन के निकलोगे। इहदा मतलब है इन्हां दी जिहड़ी यूनिवर्सिटी है वो गुंडे पैदा करके लीडर पैदा कर। मैं उही तां गल दा मैं जवाब दे के आना बेटे कि इन्हां दी सोच जी दा ਤਾਂ ਜੋ ਗ੍ਰਹਾਂ ਜੀ ਦਾ ਸਟੇਜ ਤੇ ਆਉਣਾ ਕੀ ਲੱਗਦਾ, ਸ਼ੁਭ ਸੰਕੇਤ ਆਉਣ ਸਮਝ ਇਕੱਠੇ ਹੋ। ਚਲੋ ਮੈਂ ਕਹੂੰਗਾ ਸ਼ੁਭ ਹੋਣ ਜਾਂ ਅਸ਼ੁਭ ਹੋਣ, ਇੱਕ ਨੌਜਵਾਨ ਦੁਨੀਆ ਤੋਂ ਗਿਆ ਹੈ ਔਰ ਕਿਸਾਨੀ ਦੀ ਖਾਤਰ ਗਿਆ ਹੈ। ਵੈਸੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਹਦੇ ਤੇ ਮਤਲਬ ਸ਼ਰਧਾਂਜਲੀ ਅਰਪਿਤ ਕਰਨੀ ਚਾਹੀਦੀ। ਜੀ ਨੇ ਗੱਲਬਾਤ ਹੋਈ ਸੀ, ਕਹਿੰਦੇ ਕਿ ਮੈਂ ਗਿਆ ਸੀ, ਕੋਈ ਮੀਟਿੰਗ ਨਹੀਂ ਹੋਈ, ਕੋਈ ਗੱਲਬਾਤ ਨਹੀਂ ਹੋਈ ਸਾਡੇ ਨਾਲ ਹੁਣ ਤੱਕ। ਦੇਖੋ ਜੇ ਕੋਈ ਇਹ ਕਵੇ ਕਿ ਤੁਸੀਂ ਆਪਦੀਆਂ ਸ਼ਰਤਾਂ ਛੱਡੋ, ਵੀ ਇਹ ਨਾ ਕਹੋ ਵੀ ਚੋਣਾਂ ਤਾਂ ਨਹੀਂ ਲੜਨ ਦੇਣੀਆਂ, देखो गल नॉन पोलिटिकल कुछ सिद्धांत ने, उन्होंने सिद्धांतों तो बिना एसकेएम नॉन पोलिटिकल का हिस्सा बनना पॉसिबल नहीं। जगजीत सिंह डल्लेवाल साढ़े नाल सी, उन्होंने कहा कि जिहड़े साढ़े सिद्धांत आ उन्होंने सिद्धांतों से असीं पहरा दिंदे आ ते उस हिसाब नाल साढ़े नाल कोई भी आ सकदा। जिथे गुरनाम सिंह चड़ूनी आए इस जी तो गलबात की, तो मैं क्या कि मिसलां वांगू आने समय च इकट्ठे हो जाओगे, कहिंदे कि आया सी मैं स्टेज दे उत्ते, ना तो कोई मीटिंग हुई आ ना कोई गलबात हुई आ, तो इकट्ठे किदां होवांगे। तो दूजे पासे उन्होंने यह भी जवाब दिता सी दूजा भी मीडिया कर्मी तो गलबात की वीर ने, तो कहिंदे कि राजनीतिक ज गैर राजनीतिक का पाड़ा नहीं चाहिए, कहते कि असं वोटा लड़ते हैं, असं वोट राजनीति करा तो नहीं भी करते, पर लड़ाई तो एक ही है ना, तो फिर कट्ठे किमें हो जाता। तो डल्लेवाल जी ने जवाब देता कि फिर शायद कट्ठे नहीं होया जाना। तो दूजे पास सारे आगू साहबाना ने जे जे पहुंचे से स्वागत उन्हें किया ही आ, पर कहते कि साढ़े सिद्धांत आ पा जे जथेबंदी के बने हुए, जो जो इस सिद्धांतों पर पहरा दूगा वो साढ़े जथेबंदी नहीं, साढ़े एसकेएम गैर राजनीतिक रलेवा कर सकता।